ਜੇ ਤੂੰ ਖਰੀਦਿਆ ਸੀ ਆਪਣੇ ਵੱਲੋਂ ਦੂਜਾ ਸਮਝ ਕੋ ਖਸੀ ਨਹੀਂ ਕਿਉਂ ਵੀ ਠੀਕ ਹੈ ਜੇ ਇੱਡਾ ਨਜਾਇਜ਼ ਹੁੰਦਾ ਤਾਂ ਕਹਿ ਦੇ ਕਿਉਂ ਕਰਨਾ ਤੂੰ ਹਰਾਮ ਐਡੀ ਗੱਲ ਕੋਈ ਨਹੀਂ ਸਿਰਫ ਅਫਜ਼ਲ ਦੀ ਗੱਲ ਤੇ ਇਹੋ ਜਿਹੇ ਛੋਟੇ ਛੋਟੇ ਮਸਲਿਆਂ ਪਰ ਗਰੋਹ ਬਣੇ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਕੁਛ ਫਾਇਦਾ ਨਹੀਂ ਇਸਲਾਮ ਨੂੰ ਖਰਾਬ ਨਾ ਕਰਨ ਦੀਨ ਇਸਲਾਮ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਅੱਲਾਹ ਦੀ ਰਜ਼ਾ ਲਈ ਜਾਨਵਰ ਕੁਰਬਾਨ ਕਰੋ ਆਪਣੀ ਹੈਸੀਅਤ ਦੇ ਮੁਤਾਬਕ ਅੱਛੇ ਤੋਂ ਅੱਛਾ ਕਰੋ ਤੇ ਜ਼ਿਆਦਾ ਕੋਸ਼ਿਸ਼ ਇਹ ਵੀ ਕਰੋ ਵੀ ਜਿਵੇਂ ਹਜ਼ਰਤ ਅਬੂ ਯਮਨ ਸਾਰੇ ਦੂਸਰੇ ਸਾਰੇ ਸਾਹਿਬਾਂ ਦੇ ਕਿ ਰਸੂਲ ਅੱਲਾਹ ਦੇ ਜ਼ਮਾਨੇ 'ਚ ਇੱਕ ਜਾਨਵਰ ਜਿਹੜਾ ਨਾ ਸਾਰੇ ਟੱਬਰ ਲਈ ਕਾਫੀ ਹੁੰਦਾ ਸੀ ਭਾਵੇਂ ਉਹ 10 ਜੀ ਹੁੰਦੇ ਸੀ ਭਾਵੇਂ 20 ਹੁੰਦੇ ਸੀ ਕੋਈ ਇਹ ਕੰਮ ਨਹੀਂ ਸੀ ਕਰਦਾ ਵੀ ਉਹਦੇ ਲਈ ਇੰਨੇ ਕਰੋ ਤੇ ਉਹਦੇ ਲਈ ਇੰਨੇ ਕਰੋ ਇੱਕ ਹੀ ਸਾਰਿਆਂ ਲਈ ਅਬਦੁੱਲਾ ਇਬਨ ਹਿਸ਼ਾਮ ਰਜ਼ੀ ਨੂੰ ਫਰਮਾਉਂਦੇ ਮਕਾਨ ਅਦਰਕ ਨਬੀਆ ਸੱਲਾ ਅਲੈਹਿ ਵਸਲਮ ਕੈਸੀ ਉਲਮਾ ਵਜ਼ਾਹਤ ਕਰਦੇ ਦਿਲ ਨੂੰ ਸਕੂਨ ਮਿਲਦਾ ਠੰਡ ਹੁੰਦੀ ਹੈ ਕਹਿੰਦੇ ਅਬਦੁੱਲਾ ਜਨ ਨੇ ਹਜ਼ੂਰ ਦਾ ਜ਼ਮਾਨਾ ਪਾਇਆ ਮਗਰ ਹੈ ਉਸੇ ਛੋਟਾ ਸੀ ਵਜ਼ਾਹਬਤ ਦੇ ਉਮ ਜ਼ੈਨਬ ਇਬਨ ਹੁਮੈਦ ਅਲਾ ਰਸੂਲ ਸਲਮ ਇਹਦੀ ਮਾਂ ਜਿਹੜੀ ਸੀ ਜ਼ੈਨਬ ਹੁਮੈਦ ਦੀ ਬੇਟੀ ਉਹ ਇਹਨੂੰ ਅਬਦੁੱਲਾ ਨੂੰ ਰਸੂਲਾ ਕੋਲ ਲੈ ਗਈ ਸੀ ਹਜ਼ੂਰ ਨੇ ਇਹਦੀ ਦੁਆਵਾਂ ਕੀਤੀਆਂ ਖੁਸ਼ ਹੋਏ ਫਕਾਲ ਯਾ ਰਸੂਲਾ ਬਾਜੋ ਤੇ ਫਰਮਾਇਆ ਅੱਲਾ ਦੇ ਰਸੂਲੇ ਦੀ ਬੈਤ ਵੀ ਕਬੂਲ ਕਰੋ ਫਕਾਲ ਨਬੀ ਸਲਮ ਵਾਸਲੀ ਫਰਮਾਇਆ ਛੋਟਾ ਇਹ ਕੀ ਸਮਝਦਾ ਬੈਤ ਕੀ ਹੈ ਅਲਬੱਤਾ ਫਮਸਾ ਰਾਹ ਸਾਹਿਬ ਦਾ ਲਹੂ ਸਿਰ ਤੇ ਹੱਥ ਹਜ਼ੂਰ ਨੇ ਪਹਿਰਿਆ ਤੇ ਬਰਕਤ ਦੀ ਦੁਆ ਕੀ ਬੜਾ ਖੁਸ਼ਕਿਸਮਤ ਨਿਕਲਿਆ ਅਬਦੁੱਲਾ ਇਬਨ ਹਿਸ਼ਾਮ ਤੇ ਉਹਨਾਂ ਦੇ ਬਾਰੇ ਚ ਇਮਾਮ ਬੁਖਾਰੀ ਵੀ ਆਪਣੀ ਸਹੀ ਚ ਲਿਆ ਇਹਨੇ ਮਾਵਾਂ ਵੀ ਲਿਖਿਆ ਵਕਾਨ ਯਹੀ ਬਿਸ਼ਾਤ ਵਾਹਿਦਤ ਨਵੀ ਆਹਲੇ ਆਪਣੇ ਸਾਰੇ ਘਰ ਵਾਰੋਂ ਭਾਵੇਂ ਉਹ ਕਿੰਨੀ ਤਾਦਾਦ ਹੋਵੇ ਇੱਕ ਹੀ ਬੱਕਰੀ ਕਰਦੇ ਔਰ ਹਜ਼ਰਤ ਅਬੂ ਯਮਨ ਸਾਰੀ ਦੇ ਫਰਮਾਉਂਦੇ ਇਹ ਲੋਕਾਂ ਨੇ ਹੁਣੀ ਮੁਬਾਹਤ ਬਣਾ ਲਿਆ ਸ਼ੋਬਾਜ਼ੀ ਬਣਾ ਲਈ ਹੈ ਇੰਨੇ ਕਰਨੇ ਇੰਨੇ ਕਰਨੇ ਔਰ ਨਾ ਇਹਦਾ ਮੌਲੀਆਂ ਦੇ ਚੱਕਰ ਚਰਾਇਬ ਖੱਲਾ ਵਾਹਵਾ ਮਿਲਣ ਇਹ ਕਿਹਦਾ ਇਹ ਨੇਰਾ ਆ ਬੀਵੀ ਦਾ ਬੱਚਾ ਕਿਹੜਾ ਪਸੰਦ ਹੈ ਕਿਹੜੇ ਦਿਨ ਸੇ ਆਉਂਦਾ ਇੱਕ ਜਾਨਵਰ ਅਬੂ ਰਹਿਮਾਨ ਬਹਿ ਕੇ ਰੱਖਦੇ ਜਦੋਂ ਬੱਕਰੀ ਕਰਾ ਬੀਵੀ ਬੱਚੇ ਪੁੱਛਦੇ ਸਾਡਾ ਕਿੱਥੇ ਫਰਾਉਂਦੇ ਮੇਰਾ ਵੀ ਤੇ ਤੁਹਾਡਾ ਸਭ ਦਾ ਹੈ ਕਿਹੜੇ ਚੱਕਰ ਤੇ ਪੈ ਜਾਨਵਰ ਕੀ ਹੈ ਔਰ ਮਿਨਾਜ ਕਰਨਾ ਚਾਹੀਦਾ ਮਿਨਾਜ ਜਿਹੜੇ ਲੋਕ ਜਾਂਦੇ ਉੱਥੇ ਆਪਨੇ ਫਰਮਾਇਆ ਪੁੱਛਿਆ ਕਿ ਸਭ ਤੋਂ ਅਫਜ਼ਲ ਹੱਜ ਕਿਹੜਾ ਉੱਥੇ ਨਹੀਂ ਕਰਨਾ ਲਡੂਰ ਕਰਦੇ ਆ ਕਿਉਂਕਿ ਪੈਸੇ ਬਚਾ ਕੇ ਨਾ ਤੋਹਫੇ ਤਾਰੇ ਰਾਜ ਦੀਏ ਕੁੜੀਆਂ ਵਾਸਤੇ ਕੰਬਲ ਰਾਜ ਦੀਏ ਕੰਮ ਹਰ ਉਲਟਾ ਹੀ ਮੁਸਲਮਾਨਾ ਕਰਨਾ ਉੱਥੇ ਕੀ ਹੈ ਅਲ ਅਜੋ ਵਸਜ ਕਿ ਲੱਬੈਕ ਜ਼ਿਆਦਾ ਆਵਾਜ਼ ਨਾ ਪੁਕਾਰਨਾ ਔਰ ਕੁਰਬਾਨੀਆਂ ਜ਼ਿਆਦਾ ਕਰਨੀਆਂ ਉੱਥੇ ਆਪਨੇ ਸੌ ਕੁਰਬਾਨ ਕਰ ਦਿੱਤਾ ਮਿਨਾਜ ਹਦੀਏ ਬਿਲਕੁਲ ਨਜ਼ਰਾਨੇ ਪੇਸ਼ ਕਰੋ ਦਰਬਾਰ ਚੜਾਵੇ ਚੜਾਓ ਔਰ ਮਸਲਾ ਸੁਣ ਕੇ ਕਿ ਅੱਲਾ ਦੇ ਰਸੂਲ ਅਗਰ ਖੁਦ ਨਹੀਂ ਸੀ ਜਾਂਦੇ ਜਾਂ ਦੂਸਰੇ ਸਾਹਿਬਾਂ ਨਹੀਂ ਸੀ ਜਾ ਸਕਦੇ ਆਪਣੇ ਜਾਨਵਰ ਨਾਲ ਕਰ ਦਿੰਦੇ ਸੀ ਸਾਡਾ ਵੀ ਆ ਲਈ ਜੋ ਊਂਟ ਗਾਏ ਬੱਕਰੀ ਉੱਥੇ ਮਿਨਾਜ ਕਰਦੇ ਅਸਲ ਤਾਂ ਹੈ ਨਾ ਜਗ੍ਹਾ ਕੁਰਬਾਨੀ ਜੋ ਹੀ ਇਹ ਤਾਂ ਸਾਨੂੰ ਬੇਚਾਰਿਆਂ ਨੂੰ ਆਖਿਆ ਚਲੋ ਗੁਜ਼ਾਰਾ ਕਰ ਲਓ ਅਤੇ ਇਹਦੇ ਲਈ ਵੀ ਆ ਹੁਣ ਬੱਚਿਆਂ ਨੇ ਜਿਹੜਾ ਦੱਸਿਆ ਅੱਛੀ ਗੱਲ ਹੈ ਵੀ ਜਾਂ ਤਾਂ ਹਾਜੀ ਨੂੰ ਪੈਸੇ ਦੇ ਦਿਓ ਨਹੀਂ ਤਾਂ ਬੈਂਕ ਹੀ ਲੈਣ ਲੱਗ ਪਏ ਤੁਸੀਂ ਇੱਥੇ ਜਮ੍ਹਾਂ ਕਰਾ ਦਿਓ ਟੋਕਨ ਤੁਹਾਨੂੰ ਮਿਲ ਜੂਗਾ ਮਿਨਾਜ ਕੁਰਬਾਨ ਹੋ ਜੂ ਇਹ ਹਾਜੀ ਜਾਂ ਇੱਕ ਤਰੀਕਾ ਨਿਕਲਾਇਆ ਕਿ ਤੁਸੀਂ ਇੱਥੇ ਬੈਠੇ ਕੁਰਬਾਨੀ ਮਿਨਾਜ ਕਰਾ ਸਕਦੇ ਬਿਲਕੁਲ ਕਾਬਲ ਇਤਬਾਰ ਬੈਂਕ ਔਰ ਇਸਲਾਮੀ ਤਰੀਕੇ ਨਾਲ ਕਰਦੇ ਕੋਈ ਧੋਖਾ ਫਰੇ ਨਹੀਂ ਤਾਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਵਤਨ ਸਿਵਾਏ ਦੋ ਬੱਕਰਿਆਂ ਦੇ ਕੋਈ ਨਹੀਂ ਕੀਤਾ ਮਦੀਨੇ 'ਚ ਕੋਈ ਇਹ ਤੋਂ ਜ਼ਿਆਦਾ ਕੁਰਬਾਨੀ ਨਹੀਂ ਕੀਤੀ ਉਹ ਇਸੇ ਤੋਂ ਹਜ਼ਰਤ ਅਨਸ ਰਜ਼ੀ ਅੱਲਾਹ ਤਾਨੂੰ ਖਾਦਮੇ ਰਸੂਲ ਅੱਲਾਹ ਦਾ ਦੱਸਿਆ ਇਮਾਮ ਬੁਖਾਰੀ ਫਰਮਾਉਂਦੇ ਆਂਦੇ ਯਾਰ ਮੈਂ 10 ਸਾਲ ਹਜ਼ੂਰ ਕੋ ਰਿਹਾ ਜਿਉਂ ਮੈਂ ਆਇਆ ਮੇਰੀ ਮਾਂ ਨੇ ਫੜਾ ਦਿੱਤਾ 10 ਸਾਲਾਂ ਦਾ ਸੀ ਅੱਲਾਹ ਦੇ ਰਸੂਲ ਇਹ ਵੀ ਕੁਛ ਹੀ ਹੁਣ ਕੰਮ ਨਹੀਂ ਕਰਨਾ ਇਹ ਤੁਹਾਡਾ ਹੀ ਹੈ ਤੁਹਾਡੇ ਹੀ ਰਹੇ ਬੱਚਿਆਂ ਨਹੀਂ ਚੜਾ ਰਿਹਾ 10 ਸਾਲ ਹਜ਼ੂਰ ਦੀ ਖਿਦਮਤ ਕੀਤੀ ਮੈਂ ਤੇ ਅੱਲਾਹ ਦੇ ਰਸੂਲ ਨੂੰ ਦੋਹਾਂ ਤੋਂ ਵੱਧ ਕੁਰਬਾਨੀ ਕਰਨੇ ਆ ਵੇਖਿਆ ਕੋਈ ਨਹੀਂ ਇਸ ਤੋਂ ਵਤਨ ਤੇ ਮੈਂ ਦੋ ਹੀ ਬੱਕਰੇ ਕਰਨੇ ਆ ਮੇਰਾ ਜਾਵਾਂਗੇ ਤੇ ਜਿੰਨੇ ਮਰਜ਼ੀ ਕਰਾਂਗੇ ਇਹ ਕੁਰਬਾਨੀ ਦੇ ਕੁਛ ਮਸਾਇਲ ਜਿਹੜੇ ਮੇਰੇ ਜ਼ਿਹਨ 'ਚ ਮੈਂ ਤੁਹਾਡੀ ਖਿਦਮਤ ਅਰਜ਼ ਕਰਤੇ ਆ ਕਿਸੇ ਦੋਸਤ ਦੇ ਜ਼ਿਹਨ ਕੋਈ ਹੋਰ ਸਵਾਲ ਹੋਵੇ ਤਾਂ ਕਰ ਲੈ ਵਾਖਿਰ ਦਾਵਾਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲ ਅੱਲਾਹ ਤਾਲਾ ਅਲਾ ਖੈਰ ਖਲਕੀ ਸੈਯਦਨਾ ਮੌਲਾਨਾ